اعوذ باللہ من الشیطان الرجیم بسم اللہ الرحمن الرحیم الف لام را اے نے ای گلا کتابیں لائی تے قرآن روشن دیاں کسے ویلے دلوں چانگے بے ایمان جی کسے طرح ہو جاندے اسی مسلمان اے حبیب چھڈ دے انہاں نوں کھا لین تے ورت لین تے بے صورت کرے انہاں نوں پھر اگوں اپے جان لین گے ਤੇ ਨਹੀਂ ਬਰਬਾਦ ਕੀਤੀ ਅਸਾਂ ਕੋਈ ਵਸਤੀ ਪਰ ਨਾਲੇ ਉਹਦੇ ਲਈ ਲਿਖਤ ਸੀ ਮਕਰਰ ਹੋਈ ਹੋਈ ਨਾ ਗੇਰੇ ਪੈਂਦੀ ਹੈ ਕੋਈ ਉਮਤ ਆਪਣੀ ਮੁੱਦਤ ਤੋਂ ਤੇ ਨਾ ਪਛੇਰੇ ਪੈਂਦੀ ਹੈ ਤੇ ਲੋਕਾਂ ਆਖਿਓ ਨੇ ਇਹ ਸ਼ਖਸ ਜਿਸ ਉੱਤੇ ਉਤਰੀ ਹੈ ਨਸੀਅਤ ਤੂੰ ਜ਼ਰੂਰੀ ਸੌਦਾਈ ਹੈ ਕਿਉਂ ਨਹੀਂ ਲੈ ਆਉਂਦਾ ਸਾਡੇ ਕੋਲ ਫਰਿਸ਼ਤੇ ਜੇ ਤੂੰ ਸੱਚਾ ਵਿੱਚੋਂ ਹੈ ਨਹੀਂ ਉਤਾਰਦੇ ਅਸੀਂ ਫਰਿਸ਼ਤਿਆਂ ਨੂੰ ਪਰ ਦਰੁਸਤ ਤਦਬੀਰ ਨਾਲ ਤੇ ਫਿਰ ਉਹਨਾਂ ਨੂੰ ਤਦ ਮੌਲਤ ਨਹੀਂ ਮਿਲੇਗੀ ਜ਼ਰੂਰ ਅਸਾਂ ਆਪ ਉਤਾਰੀਏ ਇਹ ਨਸੀहत ਕਿਸੀ ਹੋਦੇ ਜ਼ਰੂਰ ਹੀ ਰੱਖੇ ਆ ਤੇ ਜ਼ਰੂਰ ਪੈਗੰਬਰ ਪੇ ਚੁਕੇ ਆ ਅਸੀਂ ਪਹਿਲੇ ਤੇਰੇ ਪਹਿਲੀਆਂ ਉਮਮਤਾਂ ਵਿੱਚ ਤੇ ਨਹੀਂ ਆਉਂਦਾ ਉਹਨਾਂ ਕੋਲ ਕੋਈ ਪੈਗੰਬਰ ਪਰ ਉਹਨੂੰ ਠੱਠਾ ਕਰਦੇ ਨੇ ਇਸੇ ਤਰ੍ਹਾਂ ਅਸੀਂ ਗੁਜ਼ਾਰ ਦਿੰਨੇ ਆ ਠੱਠੇ ਨੂੰ ਸੁਲਾਖ ਵਾਂਗੂ ਗੁਨਾਹਗਾਰਾਂ ਦੇ ਦਿਲਾਂ ਵਿੱਚ ਉਹ ਨਹੀਂ ਮੰਨਦੇ ਉਸਨੂੰ ਤੇ ਗੁਜ਼ਰ ਚੁਕਾ ਹੈ ਚਾਲਾ ਪਹਿਲੇ ਆਂਦਾ ਤੇ ਜੇ ਕਦੇ ਖੋਲ ਦਿੰਦੇ ਅਸੀਂ ਇਹਨਾਂ ਉੱਤੇ ਦਰਵਾਜ਼ਾ ਅਸਮਾਨਾ ਦਾ ਫਿਰ ਦਿਨ ਦਿਹਾੜੇ ਉਸ ਵਿੱਚ ਚੜਦੇ ਵੀ ਰਹਿੰਦੇ ਤਾਂ ਆਖਦੇ ਨੀਰਾ ਬੰਦ ਕੀਤੀਆਂ ਗਈਆਂ ਨੇ ਨਜ਼ਰਾਂ ਸਾਡੀਆਂ ਸਗੋਂ ਅਸਾਂ ਲੋਕਾਂ ਉੱਤੇ ਜਾਦੂ ਕੀਤਾ ਗਿਆ ਤੇ ਜ਼ਰੂਰ ਬਣਾਏ ਨੇ ਅਸਾਂ ਅਸਮਾਨ ਵਿੱਚ ਬੁਰਜ ਤੇ ਸਜਾਇਆ ਅਸਾਂ ਉਹਨੂੰ ਵੇਖਣ ਵਾਲਿਆਂ ਲਈ ਤੇ ਰਾਖੀ ਕੀਤੀ ਅਸਾਂ ਉਸ ਦੀ ਹਰ ਸ਼ੈਤਾਨ ਮਰਦੂਦ ਤੋਂ ਪਰ ਜਿੰਨ ਸੁਣ ਗੁਣ ਲੈਣ ਲਈ ਕੁਝ ਗੱਲ ਦੀ ਫੇਰੇ ਮਗਰ ਪਿਆਉ ਦੇ ਅੰਗਾਰਾ ਚਮਕਦਾ ਜ਼ਮੀਨ ਵਿੱਚ ਛਾਈ ਅਸਾਂ ਤੇ ਰੱਖਿਆ ਸਾਂ ਉਸ ਵਿੱਚ ਪਹਾੜ ਤੇ ਉਗਾਈ ਅਸਾਂ ਉਸ ਵਿੱਚ ਹਰ ਚੀਜ਼ ਨਪੀ ਤੁਲੀ ਅੰਦਾਜ਼ੇ ਦੀ ਤੇ ਬਣਾਇਆ ਸਾਂ ਤੁਹਾਡੇ ਲਈ ਉਸ ਵਿੱਚ ਗੁਜ਼ਾਰੇ ਦੇ ਅਸਬਾਬ ਤੇ ਉਸ ਦੇ ਵੀ ਜਿਸ ਨੂੰ ਨਹੀਂ ਤੁਸੀਂ ਰੋਜੀ ਦੇਣ ਵਾਲੇ ਯਾਨੀ ਚੌਕਰਾਂ ਦੇ ਵੀ ਤੇ ਨਹੀਂ ਕੋਈ ਚੀਜ਼ ਪਰ ਸਾਡੇ ਕੋਲ ਨਿਖਜ਼ਾਨੇ ਉਸ ਦੇ ਤੇ ਨਹੀਂ ਉਤਾਰਦੇ ਅਸੀਂ ਉਸ ਨੂੰ ਪਰ ਜਾਪੇ ਹੋਏ ਅੰਦਾਜ਼ੇ ਨਾਲ ਤੇ ਭੇਜੀਆਂ ਅਸਾਂ ਹਵਾਵਾਂ ਵਕੌਂਦਾ ਕਰਨ ਵਾਲੀਆਂ ਯਾਨੀ ਉਹ ਹਵਾਵਾਂ ਜਿਹੜੀਆਂ ਬੱਦਲ ਦੇ ਪੇਟ ਵਿੱਚ ਪਾਣੀ ਪੈਦਾ ਕਰ ਦਿੰਦੀਆਂ ਨੇ ਤੇ ਫਿਰ ਉਤਾਰਿਆ ਅਸਾਂ ਅਸਮਾਨ ਨੂੰ ਪਾਣੀ ਫਿਰ ਅਸਾਂ ਸਹਿਰਾਬ ਕਰ ਦਿੱਤਾ ਤੁਹਾਨੂੰ ਤੇ ਨਹੀਂ ਤੁਸੀਂ ਉਸ ਦਾ ਜ਼ਖੀਰਾ ਰੱਖਣ ਜੋਗੇ ਤੇ ਜ਼ਰੂਰ ਅਸੀਂ ਆਂ ਜਵਾਨ ਦੇ ਤੇ ਮਾਰ ਦੇ ਤੇ ਅਸਾਂ ਹੀ ਸਭ ਦੀ ਵਿਰਸਾ ਲੈਣੀ ਤੇ ਜ਼ਰੂਰ ਜਾਨ ਲੈਨੇ ਅਸਾਂ ਅੱਗੇ ਆਉਣ ਵਾਲੇ ਤੁਸਾਂ ਵਿੱਚੋਂ ਤੇ ਜ਼ਰੂਰ ਜਾਨ ਲੈਨੇ ਅਸਾਂ ਪਿੱਛੇ ਰਹਿਣ ਵਾਲੇ ਵੀ ਇਹ ਜ਼ਰੂਰ ਤੇਰਾ ਰਾਮੀ ਇਕੱਠਾ ਕਰੇਗਾ ਉਹਨਾਂ ਨੂੰ ਉਹ ਜ਼ਰੂਰ ਹਕਮਤਾਂ ਵਾਲਾ ਹੈ ਜਾਣਨ ਵਾਲਾ ਜ਼ਰੂਰ ਬਣਾਇਆ ਅਸਾਂ ਆਦਮੀ ਤਰੱਕੇ ਹੋਏ ਗਾਲੇ ਦੀ ਚਿੜੇਪੜੀ ਨਾਲ ਇਹ ਜਿਨ੍ਹਾਂ ਨੂੰ ਵੀ ਬਣਾਇਆ ਅਸਾਂ ਪਹਿਲੇ ਇਸ ਦੇ ਛੜ ਦੀ ਅੱਗ ਦਾ ਤੇ ਜਦ ਆਖਿਆ ਤੇਰੇ ਰੱਬ ਨੇ ਫਰਿਸ਼ਟਿਆਂ ਨੂੰ ਭਈ ਜ਼ਰੂਰ ਪੈਦਾ ਕਰਨਾ ਹੈ ਆਦਮੀ ਤਰੱਕੇ ਹੋਏ ਗਾਲੇ ਦੀ ਚਿੜੇਪੜੀ ਦਾ ਫਿਰ ਜਦ ਦਰੁਸਤ ਕਰਦਿਆ ਮੈਂ ਉਹਨੂੰ ਤੇ ਫੂਕ ਦਿਆਂ ਮੈਂ ਉਸ ਵਿੱਚ ਕੁਝ ਰੂਹ ਆਪਣੀ ਠੀ ਤਾਂ ਡਿਗ ਪਿਓ ਉਹਦੇ ਅੱਗੇ ਸਜਦਾ ਕਰਦੇ ਫਿਰ ਸਜਦਾ ਕੀਤਾ ਫਰਿਸ਼ਤਿਆਂ ਸਾਰਿਆਂ ਨੇ ਇਕੱਠਿਆਂ ਪਰ ਸ਼ੈਤਾਨ ਨੇ ਕਬੂਲ ਨਾ ਕੀਤਾ ਜੋ ਹੋਵੇ ਨਾਲ ਸਜਦਾ ਕਰਨ ਵਾਲਿਆਂ ਦੇ فرمایا اے ਸ਼ੈਤਾਨ ਕੀ ਹੋਇਆ ਤੈਨੂੰ ਜੋ ਨਾ ਹੋਇਓ ਨਾਲ ਸਜਦਾ ਕਰਨ ਵਾਲਿਆਂ ਦੇ ਆਖਣ ਲਗਾ ਮੈਂ ਜਿਆ ਨਹੀਂ ਜੋ ਸਜਦਾ ਕਰਾਂ ਇੱਕ ਆਦਮੀ ਨੂੰ ਜਿਸ ਨੂੰ ਬਣਾਇਆ ਹੀ ਤਰੱਕੇ ਹੋਏ ਗਾਰੇ ਦੀ ਚੜੇਪੜੀ ਦਾ فرمایا ਤਾ ਨਿਕਲ ਜਾਇ ਥੋ ਕਿਉਂਕਿ ਤੂੰ ਜ਼ਰੂਰ ਰਾਂਦਿਆ ਹੋਇਆ ਹੈ تے تیرے اتے ضرور فٹکار دن قیامت تیک آکے اسو میرے ربا تاہ مولد دے مہنو اس دن تیک جو مردے جیون گے یعنی سارے انسان جو تو دوبارہ اٹھائے جان گے فرمایا تاہ تو بھی ہیں اونا بچو جنہوں نے مولد ملی ایک وقت جاتے ہوئے دن تک آکے اسو میرے ربا میں نو سوئے تیری میرا راہ مارن دے ضرور میں سجا بخاما گا اونا نو دل پرچاوے نال زمین ویچ ਕਿ ਮੈਂ ਜ਼ਰੂਰ ਰਹਾ ਮਾਰਾਂਗਾ ਉਹਨਾਂ ਸਾਰਿਆਂ ਦਾ ਪਰ ਬੰਦੇ ਤੇਰੇ ਉਹਨਾਂ ਵਿੱਚੋਂ ਕੁਝ ਚੁਣੇ ਹੋਏ ਫਰਮਾਇਆ ਇਹੋ ਰਹਾ ਮੇਰੇ ਵੱਲ ਨੂੰ ਪਹੁੰਚਦਾ ਸਿੱਧਾ ਜੋ ਮੇਰੇ ਬੰਦੇ ਨੇ ਜ਼ਰੂਰ ਨਹੀਂ ਇਹ ਤੇਰਾ ਉਹਨਾਂ ਉੱਤੇ ਕੁਝ ਜ਼ੋਰ ਪਰ ਜਿਹੜਾ ਮਗਰ ਤੁਰਿਆ ਤੇਰੇ ਬੇਹਦਾਂ ਤੇ ਵਿੱਚੋਂ ਇਹ ਜ਼ਰੂਰ ਹੀ ਦੋਜ਼ਖੇ ਬਹਿ ਦੇਦਾ ਥਾਂ ਉਹਨਾਂ ਸਾਰਿਆਂ ਦਾ ਦੋਜ਼ਖ ਦੇ ਸੱਤ ਦਰਵਾਜ਼ੇ ਨੇ ਹਰ ਦਰਵਾਜ਼ੇ ਲਈ ਉਹਨਾਂ ਵਿੱਚੋਂ ਇੱਕ ਟੋਲਾ ਹੈ ਵੰਡਿਆ ਹੋਇਆ ਮਤਲਬ ਵਾਲੇ ਜ਼ਰੂਰ ਬਹਿਸਤਾ ਤੇ ਚਸ਼ਮੀਆਂ ਵਿੱਚ ਨੇ ਉਹਨਾਂ ਨੂੰ ਆਖਿਆ ਜਾਏਗਾ ਚਲੋ ਵੜੋ ਉੱਥੇ ਸਲਾਮਤੀ ਨਾਲ ਖਾਤਰ ਜਮਾ ਰੱਖ ਕੇ ਤੇ ਕਰ ਦਿੱਤਾ ਅਸਾਂ ਜੋ ਉਹਨਾਂ ਦੇ ਦਿਲਾਂ ਵਿੱਚ ਸੀ ਕੁਝ ਵੈਰ ਕਪਟ ਉਹ ਭਲਾ ਭਲਾ ਬਣ ਕੇ ਪਲਗਾ ਉੱਥੇ ਆਮੋ ਸਾਹਮਣੇ ਬਹਿਣਗੇ ਨਾ ਪਹੁੰਚੇਗੀ ਉਹਨਾਂ ਨੂੰ ਉੱਥੇ ਕੁਝ ਔਖਤ ਤੇ ਨਾ ਉੱਥੋਂ ਕੱਢੇ ਜਾਣਗੇ ਹਬੀਬ ਖਬਰ ਕਰ ਦਿਓ ਮੇਰੇ ਬੰਦਿਆਂ ਨੂੰ ਜੋ ਜ਼ਰੂਰ ਮੈਂ ਹੀ ਬਖਸ਼ਨਾਰ ਮਿਹਰਬਾਨਾ ਤੇਜ ਰੂਹ ਇਹਦੇ ਨਾਲ ਮੇਰੀ ਮਾਰ ਉਹ ਹੈ ਦੁੱਖ ਦੀ ਮਾਰ ਵੀ ਹਬੀਬ ਤੇ ਖਬਰ ਦਿਓ ਉਹਨਾਂ ਨੂੰ ਇਬਰਾਹੀਮ ਦੇ ਪਰੌਣਿਆਂ ਦੀ ਜਦ ਆਵਲੇ ਉਸ ਕੋਲ ਫਿਰ ਆਖਿਓ ਨੇ ਸਲਾਮ ਆਖਨੇ ਆਖਿਓ ਸੂ ਸਾਨੂੰ ਤੁਸਾਂ ਕੋਲੋਂ ਡਰ ਹੁੰਦਾ ਹੈ ਆਖਿਓ ਨੇ ਨਾ ਡਰ ਅਸੀਂ ਖੁਸ਼ਖਬਰੀ ਦੇਣੇ ਆ ਤੈਨੂੰ ਸਿਆਣੇ ਲੜਕੇ ਦੀ ਆਖਿਓ ਸੂ ਪਹਿਖ ਖੁਸ਼ਖਬਰੀ ਦਿੱਤੀ ਮੈਨੂੰ ਜਦ ਪਹੁੰਚ ਚੁਕਾ ਮੈਨੂੰ ਬੁਠੇਪਾ ਹੁਣ ਕਹੀ ਖੁਸ਼ਖਬਰੀ ਦਿੰਦੇ ਹੋ ਆਖੋਨੇ ਕੁਛ ਖਬਰਿ ਦਿੱਤੀ ਅਸਾਂ ਤੈਨੂੰ ਠੀਕ ਗੱਲ ਦੀ ਤਾਂ ਨਾ ਹੋ ਆਸ ਤੋੜਨ ਵਾਲਿਆਂ થી ਇਬਰਾਹੀਮ ਆਖਿਆ ਤੇ ਕੌਣ ਆਸ ਤੋੜਦਾ ਹੈ ਆਪਣੇ ਰੱਬ ਦੀ ਮਿਹਰ ਤੋਂ ਬਿਨ ਰਾਹ ਭੁਲਿਆ ਹੋਇਆਂ ਦੇ ਫੇਰ ਇਬਰਾਹੀਮ ਪੁੱਛਿਆ ਕੀ ਕੰਮ ਹੈ ਤੁਹਾਡਾ ਇਹ ਭੇਜੇ ਹੋਇਓ ਅੱਲਾ ਦੇ ਹੋ ਆਖਿਓ ਨੇ ਸਾਨੂੰ ਭੇਜਿਆ ਗਿਆ ਹੈ ਮੁਜਰਮ ਲੋਕਾਂ ਵੱਲ ਪਰ ਲੂਤ ਦੇਕਰ ਵਾਲੇ ਅਸੀਂ ਜ਼ਰੂਰ ਬਚਾ ਦੇਣਾ ਹੈ ਉਹਨਾਂ ਸਾਰਿਆਂ ਨੂੰ ਸਵਾਹ ਉਹਦੀ ਔਰਤ ਦੇ مت رکھے سا جو او ضرور ہی رہن تھی ہیں پھر جد آئے کر دیاں کول پیجے ہوئے آخو سو ضرور تھی لوگ آخو نا سگو تیرے کول جس کوس بچ شک کرتے سن لیا اسی ٹھیک گل اسی ضروری ہی سچے ہیں سو نکل لے نکل ٹبر اپنے نو کچھ رات رہ آپ تور تو مگر ہونا دے تی پاؤں کے نہ کوئی ਤੇ ਚਲੇ ਜਾਓ ਜਿੱਥੋਂ ਨਾ ਹੁਕਮ ਹੁੰਦਾ ਜੇ ਤੇ ਪੱਕੀ ਕਰ ਕੱਢੀ ਅਸਾਂ ਉਸ ਵੱਲ ਇਹ ਗੱਲ ਭਾਈ ਜਦ ਇਹਨਾਂ ਲੋਕਾਂ ਦੀ ਜ਼ਰੂਰ ਵਾਢ ਦਿੱਤੀ ਜਾਏਗੀ ਫ਼ਜ਼ਲ ਕਰਦਿਆਂ ਦੀ ਤੇ ਆਏ ਲੋਕ ਸ਼ਹਿਰ ਦੇ ਖੁਸ਼ੀਆਂ ਕਰਦੇ ਆਖਿਓ ਸੁਹੇ ਜ਼ਰੂਰ ਮੇਰੇ ਪਰੋਣੇ ਨੇ ਭੰਡੀ ਨਾ ਲਾਓ ਮੈਨੂੰ ਤੇ ਡਰੋ ਖੁਦਾ ਤੋਂ ਤੇ ਨਾ ਖਾਰ ਕਰੋ ਮੈਨੂੰ ਆਖਿਓ ਨੇ ਭਲਾ ਤੇ ਅਸੀਂ ਮਨ ਨਹੀਂ ਕਰ ਚੁਕੇ ਜੇ ਸਾਰੇ ਜਗਤ ਦੀ ਹਮਾਇਤ ਨਾ ਕਰ ਆਖਿਓ ਸੁ ਇਹ ਧੀਆਂ ਨੇ ਮੇਰੀਆਂ ਜੇ ਤੁਸਾਂ ਕੁਝ ਕਰਨਾ ਹੈ ਕਸਮ ਹੈ ਤੇਰੀ ਉਮਰ ਦੀ ਜ਼ਰੂਰ ਉਹ ਲੋਗ ਆਪਣੇ ਮਸਤੇਵੇਂ ਵਿੱਚ ਬੇਸੁਰਤ ਨੇ ਫੇਰ ਪਕੜਿਆ ਉਹਨਾਂ ਨੂੰ ਚੀਕ ਨੇ ਸੂਰਜ ਨਿਕਲਣ ਦਾ ਵਕਤ ਕਰਦੇਆਂ ਨੂੰ ਫੇਰ ਕਰ ਦਿੱਤੀ ਅਸਾਂ ਉਹਨਾਂ ਵਸਤੀਆਂ ਨੂੰ ਏਟਲੀ ਉੱਤੇ ਤੇ ਵਰਾਏ ਅਸਾਂ ਉਹਨਾਂ ਉੱਤੇ ਪੱਥਰ ਖਿੰਗਰ ਦੇ ਇਸ ਵਿੱਚ ਜ਼ਰੂਰੀ ਪਤੇ ਨੇ ਕਿਆਸ ਕਰਨ ਵਾਲਿਆਂ ਲਈ ਤੇ ਜ਼ਰੂਰੀ ਉਹ ਵਸਤੀਆਂ ਨੇ ਵਗਦੇ ਰਾਹ ਵਿੱਚ ਇਸ ਵਿੱਚ ਜਰੂਰ ਹੀ ਪਤਾ ਈਮਾਨਦਾਰਾਂ ਲਈ ਤੇ ਜ਼ਰੂਰ ਹੈ हसन ਸ਼ੁਆਬ ਦੀ ਕੌਮ ਦੇ ਲੋਕ ਰਹਿਣ ਮਲੇ ਏਕਾ ਦੇ ਜ਼ਾਲਿਮ ਬਦਲਾ ਲਿਆ ਸਾਉਨਾਂ ਤੋਂ ਤੇ ਜ਼ਰੂਰ ਹੀ ਉਹ ਦੋ ਵਿਵਸਤੀਆਂ ਨੇ ਨਜ਼ਰ ਆਉਂਦੇ ਰਾਹ ਵਿੱਚ ਤੇ ਜ਼ਰੂਰ ਚੁਠ ਲਾਇਆ ਹਿਜਰ ਵਾਲਿਆਂ ਨੇ ਪੈਗਮਰਾਂ ਨੂੰ ਤੇ ਦਿੱਤੀਆਂ ਸਾ ਉਹਨਾਂ ਨੂੰ ਨਿਸ਼ਾਨੀਆਂ ਆਪਣੀਆਂ ਫਿਰ ਰਹਿ ਉਹਨਾਂ ਤੋਂ ਮੂੰਹ ਫੇਰ ਦੇ ਤੇ ਉਕਰਦੇ ਹੁੰਦੇ ਸਨ ਪਹਾੜਾਂ 'ਤੇ ਕਰ ਖਾਤਰ ਜਮਾ ਰੱਖ ਕੇ ਬੇਖੌਫ ਫਿਰ ਪਕੜਿਆ ਉਹਨਾਂ ਨੂੰ ਚੀਕ ਨੇ ਫਜਰ ਕਰਦਿਆਂ ਨੂੰ ਫਿਰ ਨਾ ਕੰਮ ਆਇਆ ਉਹਨਾਂ ਦੇ ਜੋ ਕਮਾਂਦੇ ਸਨ ਤੇ ਨਹੀਂ ਬਣਾਏ ਅਸਾਂ ਅਸਮਾਨ ਤੇ ਜ਼ਮੀਨ ਤੇ ਜੋ ਵਿਚਕਾਰੇ ਇਹਨਾਂ ਦੇ ਪਰ ਹੱਕ ਦੀ ਤਦਬੀਰ ਨਾਲ ਤੇ ਕਿਆਮਤ ਜ਼ਰੂਰ ਹੀ ਆਉਣੀ ਹੈ ਸੋ ਦਰ ਗੁਜ਼ਰ ਕਰੋ ਸੋਹਣੀ ਦਰ ਗੁਜ਼ਰ ਕਰਨੀ ਜ਼ਰੂਰ ਤੇਰਾ ਰੱਬ ਹੀ ਹੈ ਸਭ ਦਾ ਪੈਦਾ ਕਰਨ ਵਾਲਾ ਤੇ ਜਾਣੂ ਤੇ ਜ਼ਰੂਰ ਦਿੱਤੀਆਂ ਨੇ ਅਸਾਂ ਤੈਨੂੰ ਸੱਤ ਆਇਤਾਂ ਜੋ ਵਜ਼ੀਫਾ ਹੈ ਤੇ ਅਤਾ ਕੀਤਾ ਹੈ ਕੁਰਾਨ ਬੜੇ ਰਤਬੇ ਵਾਲਾ ਹਬੀਬ ਨਾ ਟਾਡਕੀਆਂ ਆਪਣੀਆਂ ਉਸ ਚੀਜ਼ ਵੱਲ ਜੋ ਖਾਨ ਹਡਾਨ ਨੂੰ ਦਿੱਤੀ ਅਸਾਂ ਬਾਤ ਬਾਤ ਦੇ ਲੋਕਾਂ ਨੂੰ ਉਹਨਾਂ ਵਿੱਚੋਂ ਤੇ ਨਾ ਝੋਰੋ ਨਾ ਉਤੇ ਤੇ ਨੀਵੀਂ ਕਰ ਬਾ ਆਪਣੀ ਅੱਗੇ ਇਮਾਨਦਾਰਾਂ ਦੇ ਯਾਨੀ ਨਰਮੀ ਨਾਲ ਪੇਸ਼ ਆਓ ਕਿ ਆਖ ਨਾ ਮੰਨਵਾਰਿਆਂ ਨੂੰ ਭਾਈ ਜ਼ਰੂਰ ਮੈਂ ਹੀ ਆਂ ਡਰਾਨ ਵਾਲਾ ਸਾਫ਼-ਸਾਫ਼ ਉਤਰਨੇ ਅਜ਼ਾਬ ਦੇਨੂੰ ਜਿਉਂ ਉਤਾਰਿਆ ਅਸਾਂ ਤਫਰਕਾ ਪਾਣ ਵਾਲਿਆਂ ਉਤੇ ਜਿਨਾਂ ਕਰਜੇ ਤੇ ਖੁਦਾ ਦੀ ਕਿਤਾਬ ਦੇ ਟੁਕੜੇ-ਟੁਕੜੇ ਸੋ ਕਸਮ ਹੈ ਤੇਰੇ ਰੱਬ ਦੀ ਜ਼ਰੂਰ ਅਸੀਂ ਪੁੱਛਾਂਗੇ ਉਹਨਾਂ ਸਾਰਿਆਂ ਨੂੰ ਉਸ ਕੰਮ ਤੋਂ ਜੋ ਕਰਦੇ ਸਾਡੇ ਸੋ ਵੱਜ ਕੇ ਆਖਦੇ ਜਿਸ ਗੱਲ ਦਾ ਤੈਨੂੰ ਹੁਕਮ ਹੁੰਦਾ ਹੈ ਤੇ ਮੂੰ ਫੇਰ ਸ਼ਿਰਕ ਕਰਨ ਵਾਲਿਆਂ ਤੋਂ ਅਜੀ ਆਪ ਜਮਾਲ ਲਾਂਗੇ ਤੇਰੀ ਤਰਫੋਂ ਠੱਠਾ ਕਰਨ ਵਾਲਿਆਂ ਨੂੰ ਜਲੇ ਠਹਿਰਾਉਂਦੇ ਨੇ ਅੱਲਾ ਨਾਲ ਮਾਬੂਦ ਹੋਰ ਸੋਗੋਂ ਜਾਣ ਲੈਣਗੇ ਕਿ ਜ਼ਰੂਰ ਅਸੀਂ ਜਾਣਨੇ ਆ ਭਾਈ ਤੂੰ ਜੋ ਹੈ ਤੰਗ ਹੁੰਦਾ ਹੈ ਦਿਲ ਤੇਰਾ ਉਸ ਗੱਲਾਂ ਜਿਹੜੀ ਆਖਦੇ ਨੇ ਸੋ ਪਾਕੀ ਬੋਲ ਨਾਲ ਰਲਾ ਕੇ ਸੋਭਾ ਆਪਣੇ ਰੱਬ ਦੀ ਤੇ ਹੋ ਸਜਦਾ ਕਰਨ ਵਾਲਿਆਂ ਵਿੱਚੋਂ ਤੇ ਬੰਦਗੀ ਕਰ ਆਪਣੇ ਰੱਬ ਦੀ ਜਦ ਤੀਕ ਨਾ ਆਵੇ ਆਖਰੀ ਘੜੀ ਜਿਦਾ ਆਉਣਾ ਯਕੀਨੀ ਹੈ